ਦਰਵਾਜ਼ਿਆਂ ਦੀ ਦੁਕਾਨ ਤੋਂ ਦਿਨ ਦਿਹਾੜੇ ਦਰਵਾਜ਼ੇ ਚੁੱਕੇ ਗਏ ਨੇ ਤੇ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਬਾਈਕ ਸਵਾਰ ਨਜ਼ਰ ਆ ਰਹੇ ਨੇ, ਹਾਲਾਂਕਿ ਉਹਨਾਂ ਦੇ ਵਿੱਚੋਂ ਇੱਕ ਬਾਈਕ ਦੇ ਉੱਤੇ ਬੈਠਾ ਜਦਕਿ ਦੂਸਰਾ ਬਿਲਕੁਲ ਉਸਦੇ ਪਿੱਛੇ ਖੜਾ। ਹਾਲਾਂਕਿ ਕਿਹਾ ਜਾ ਸਕਦਾ ਹੈ ਕਿ ਇਹ ਮੌਕੇ ਦੀ ਭਾਲ ਕਰ ਰਹੇ ਨੇ ਕਿ ਕਦੋਂ ਇਹਨਾਂ ਨੂੰ ਮੌਕਾ ਮਿਲੇ, ਅਤੇ ਬਿਲਕੁਲ ਗਲੀ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਦਰਵਾਜ਼ਿਆਂ ਦੀ ਦੁਕਾਨ ਹੈ। ਇਸ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਨਾਲ ਹੀ ਥਾਣਾ ਵੀ ਹੈ, ਥਾਣੇ ਦਾ ਵੀ ਇਹਨਾਂ ਚੋਰਾਂ ਨੂੰ ਕੋਈ ਡਰ ਨਜ਼ਰ ਨਹੀਂ ਆ ਰਿਹਾ। ਤਾਂ ਮਾਮਲਾ ਇਹ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਦਰਵਾਜ਼ੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਜੋ ਪਿੱਛੇ ਖੜਾ ਚੋਰ ਹੈ ਉਸ ਨੂੰ ਮੌਕਾ ਮਿਲਦਾ ਹੈ ਤਾਂ ਉਹ ਬੜੀ ਤੇਜ਼ੀ ਦੇ ਨਾਲ ਗਲੀ ਦੇ ਨਾਲ ਦੁਕਾਨ ਹੈ ਉੱਥੇ ਜਾਂਦਾ ਅਤੇ ਉੱਥੋਂ ਦੀ ਜੋ ਦਰਵਾਜ਼ੇ ਨੇ ਉਹ ਚੱਕ ਕੇ ਮੋਟਰਸਾਈਕਲ ਦੇ ਪਿੱਛੇ ਬਹਿੰਦਾ ਅਤੇ ਨਾਲ ਦੀ ਨਾਲ ਤੇਜ਼ੀ ਦੇ ਨਾਲ ਕਿਹਾ ਜਾ ਸਕਦਾ ਕਿ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਥਾਣੇ ਦੇ ਨਾਲ ਬਿਲਕੁਲ ਦੁਕਾਨ ਹੈ ਇਹ ਦਰਵਾਜ਼ਿਆਂ ਦੀ ਜਿੱਥੋਂ ਇਹ ਦਰਵਾਜ਼ੇ ਦਿਨ ਦਿਹਾੜੇ ਚੋਰੀ ਕੀਤੇ ਗਏ ਨੇ। ਦਰਵਾਜ਼ਿਆਂ ਦੀ ਦੁਕਾਨ ਤੋਂ ਦਿਨ ਦਿਹਾੜੇ ਦਰਵਾਜ਼ੇ ਚੁੱਕੇ ਗਏ ਨੇ ਤੇ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਬਾਈਕ ਸਵਾਰ ਨਜ਼ਰ ਆ ਰਹੇ ਨੇ, ਹਾਲਾਂਕਿ ਉਹਨਾਂ ਦੇ ਵਿੱਚੋਂ ਇੱਕ ਬਾਈਕ ਦੇ ਉੱਤੇ ਬੈਠਾ ਜਦਕਿ ਦੂਸਰਾ ਬਿਲਕੁਲ ਉਸਦੇ ਪਿੱਛੇ ਖੜਾ। ਹਾਲਾਂਕਿ ਕਿਹਾ ਜਾ ਸਕਦਾ ਹੈ ਕਿ ਇਹ ਮੌਕੇ ਦੀ ਭਾਲ ਕਰ ਰਹੇ ਨੇ ਕਿ ਕਦੋਂ ਇਹਨਾਂ ਨੂੰ ਮੌਕਾ ਮਿਲੇ, ਅਤੇ ਬਿਲਕੁਲ ਗਲੀ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਦਰਵਾਜ਼ਿਆਂ ਦੀ ਦੁਕਾਨ ਹੈ। ਇਸ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਨਾਲ ਹੀ ਥਾਣਾ ਵੀ ਹੈ, ਥਾਣੇ ਦਾ ਵੀ ਇਹਨਾਂ ਚੋਰਾਂ ਨੂੰ ਕੋਈ ਡਰ ਨਜ਼ਰ ਨਹੀਂ ਆ ਰਿਹਾ। ਤਾਂ ਮਾਮਲਾ ਇਹ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਦਰਵਾਜ਼ੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਜੋ ਪਿੱਛੇ ਖੜਾ ਚੋਰ ਹੈ ਉਸ ਨੂੰ ਮੌਕਾ ਮਿਲਦਾ ਤਾਂ ਉਹ ਬੜੀ ਤੇਜ਼ੀ ਦੇ ਨਾਲ ਗਲੀ ਦੇ ਨਾਲ ਦੁਕਾਨ ਹੈ ਉੱਥੇ ਜਾਂਦਾ ਅਤੇ ਉੱਥੋਂ ਦੀ ਜੋ ਦਰਵਾਜ਼ੇ ਨੇ ਉਹ ਚੱਕ ਕੇ ਮੋਟਰਸਾਈਕਲ ਦੇ ਪਿੱਛੇ ਬਹਿੰਦਾ ਅਤੇ ਨਾਲ ਦੀ ਨਾਲ ਤੇਜ਼ੀ ਦੇ ਨਾਲ ਕਿਹਾ ਜਾ ਸਕਦਾ ਕਿ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਥਾਣੇ ਦੇ ਨਾਲ ਬਿਲਕੁਲ ਦੁਕਾਨ ਹੈ ਇਹ ਦਰਵਾਜ਼ਿਆਂ ਦੀ ਜਿੱਥੋਂ ਇਹ ਦਰਵਾਜ਼ੇ ਦਿਨ ਦਿਹਾੜੇ ਚੋਰੀ ਕੀਤੇ ਗਏ ਨੇ। ਦਰਵਾਜ਼ਿਆਂ ਦੀ ਦੁਕਾਨ ਤੋਂ ਦਿਨ ਦਿਹਾੜੇ ਦਰਵਾਜ਼ੇ ਚੁੱਕੇ ਗਏ ਨੇ ਤੇ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਬਾਈਕ ਸਵਾਰ ਨਜ਼ਰ ਆ ਰਹੇ ਨੇ, ਹਾਲਾਂਕਿ ਉਹਨਾਂ ਦੇ ਵਿੱਚੋਂ ਇੱਕ ਬਾਈਕ ਦੇ ਉੱਤੇ ਬੈਠਾ ਜਦਕਿ ਦੂਸਰਾ ਬਿਲਕੁਲ ਉਸਦੇ ਪਿੱਛੇ ਖੜਾ। ਹਾਲਾਂਕਿ ਕਿਹਾ ਜਾ ਸਕਦਾ ਹੈ ਕਿ ਇਹ ਮੌਕੇ ਦੀ ਭਾਲ ਕਰ ਰਹੇ ਨੇ ਕਿ ਕਦੋਂ ਇਹਨਾਂ ਨੂੰ ਮੌਕਾ ਮਿਲੇ, ਅਤੇ ਬਿਲਕੁਲ ਗਲੀ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਦਰਵਾਜ਼ਿਆਂ ਦੀ ਦੁਕਾਨ ਹੈ। ਇਸ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਨਾਲ ਹੀ ਥਾਣਾ ਵੀ ਹੈ, ਥਾਣੇ ਦਾ ਵੀ ਇਹਨਾਂ ਚੋਰਾਂ ਨੂੰ ਕੋਈ ਡਰ ਨਜ਼ਰ ਨਹੀਂ ਆ ਰਿਹਾ। ਤਾਂ ਮਾਮਲਾ ਇਹ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਦਰਵਾਜ਼ੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਜੋ ਪਿੱਛੇ ਖੜਾ ਚੋਰ ਹੈ ਉਸ ਨੂੰ ਮੌਕਾ ਮਿਲਦਾ ਤਾਂ ਉਹ ਬੜੀ ਤੇਜ਼ੀ ਦੇ ਨਾਲ ਗਲੀ ਦੇ ਨਾਲ ਦੁਕਾਨ ਹੈ ਉੱਥੇ ਜਾਂਦਾ ਅਤੇ ਉੱਥੋਂ ਦੀ ਜੋ ਦਰਵਾਜ਼ੇ ਨੇ ਉਹ ਚੱਕ ਕੇ
ਮੋਟਰਸਾਈਕਲ ਦੇ ਪਿੱਛੇ ਬਹਿੰਦਾ ਅਤੇ ਨਾਲ ਦੀ ਨਾਲ ਤੇਜ਼ੀ ਦੇ ਨਾਲ ਕਿਹਾ ਜਾ ਸਕਦਾ ਕਿ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਫਿਲਹਾਲ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਥਾਣੇ ਦੇ ਨਾਲ ਬਿਲਕੁਲ ਦੁਕਾਨ ਹੈ ਇਹ ਦਰਵਾਜ਼ਿਆਂ ਦੀ ਜਿੱਥੋਂ ਇਹ ਦਰਵਾਜ਼ੇ ਦਿਨ ਦਿਹਾੜੇ ਚੋਰੀ ਕੀਤੇ ਗਏ ਨੇ।